ਸਾਰੇ ਗੱਜ ਕੇ ਆਖਿਓ ਕੋਈ ਰਹਿ ਨਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਸੰਘਰਸ਼ ਦਾ ਦੂਜਾ ਦਿਨ ਹੈ। ਸਾਰੇ ਪੰਜਾਬ ਦੇ ਕਿਸਾਨ ਸੜਕਾਂ 'ਤੇ ਹਨ। ਕਿਸਾਨ ਅੰਨਦਾਤਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵੀ ਕਰਤਾਰਪੁਰ ਦੀ ਧਰਤੀ 'ਤੇ 12 ਸਾਲ ਖੇਤੀ ਕੀਤੀ। ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਕਿ ਮਨ ਨੂੰ ਹਾਲੀ ਬਣਾ ਲੈ ਕਿ ਅੰਤਰੀਬ ਅਰਥ ਨੇ ਸ਼ਬਦ ਦੇ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਵਿਸ਼ੇ ਵਿਕਾਰਾਂ ਤੋਂ ਬਚ ਕਰਮਾਂ ਦੀ ਖੇਤੀ ਦੇ ਵਿੱਚ ਚੰਗਾ ਬੀਜ ਬੀਜ ਲੈ। ਅੱਜ ਇਹ ਸਾਡਾ ਫਰਜ਼ ਬਣਦਾ ਸੀ, ਕੋਈ ਅਹਿਸਾਨ ਨਹੀਂ ਕੀਤਾ, ਇਹ ਸਾਡਾ ਫਰਜ਼ ਬਣਦਾ ਸੀ ਇੱਥੇ ਆਉਣ ਦਾ। ਅਤੇ ਜਦੋਂ ਵੀ ਸਮਾਂ ਮਿਲੇਗਾ ਦੀਵਾਨਾਂ ਤੋਂ ਵਿਹਲ ਹੋਵੇਗੀ, ਇਸੇ ਤਰ੍ਹਾਂ ਆਉਂਦੇ ਰਹਾਂਗੇ। ਇਹ ਅੱਜ ਆ ਕੇ ਕੰਮ ਨਹੀਂ ਮੁੱਕ ਗਿਆ। ਬਾਕੀ ਆਪਣਾ ਅਸਥਾਨ ਇੱਥੋਂ ਨੇੜੇ ਹੈ, ਕੋਈ ਲੰਗਰ ਦੀ ਜ਼ਰੂਰਤ ਹੈ ਛਕੋ, ਕੋਈ ਵੀ ਸੇਵਾ ਜਿੰਨੇ ਕੁ ਜੋਗੇ ਆ ਜ਼ਰੂਰ ਕਰਾਂਗੇ। ਇਹ ਅੱਜ ਤੋਂ ਹੀ ਨਹੀਂ, ਦਮਦਮੀ ਟਕਸਾਲ ਦੇ ਨਾਲ ਸਾਡਾ ਸੰਬੰਧ ਹੈ, ਜਿਹਨੂੰ ਭਿੰਡਰਾਂ ਵਾਲੀ ਟਕਸਾਲ ਵੀ ਕਿਹਾ ਜਾਂਦਾ ਹੈ। ਬਾਬਾ ਜਰਨੈਲ ਸਿੰਘ ਖਾਲਸਾ ਨੇ ਸੰਘਰਸ਼ ਸ਼ੁਰੂ ਕੀਤਾ। ਜੇ ਉਦੋਂ ਕੌਮ ਨੇ ਏਕਤਾ ਦਿਖਾਈ ਹੁੰਦੀ, ਅੱਜ ਧਰਨੇ ਨਾ ਲਾਉਣੇ ਪੈਂਦੇ। ਉਦੋਂ ਕਈ ਸਾਡੇ ਕਿਸਾਨ ਭਰਾ ਗੁੰਮਰਾਹ ਹੋ ਗਏ, ਗੁੰਮਰਾਹ ਹੋ ਕੇ ਇਹਨਾਂ ਗਦਾਰ ਲੀਡਰਾਂ ਦੇ ਪਿੱਛੇ ਲੱਗ ਗਏ, ਉਲਟਾ ਸੰਤ ਬਾਬਾ ਜਰਨੈਲ ਸਿੰਘ ਨੂੰ ਅੱਤਵਾਦੀ ਕਹਿਣ ਲੱਗ ਗਏ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ 37 ਸਾਲ ਪਹਿਲਾਂ 1983 'ਚ ਕਹਿ ਦਿੱਤਾ ਸੀ ਵੀ ਕੇਂਦਰ ਦੀਆਂ ਸਰਕਾਰਾਂ ਨੇ ਡਾਕਾ ਮਾਰਨਾ ਕਿਸਾਨਾਂ ਦੇ ਹੱਕਾਂ 'ਤੇ। ਜੋ ਬ੍ਰਹਮ ਗਿਆਨੀ ਮਹਾਂਪੁਰਸ਼ ਹੁੰਦੇ ਨੇ ਆਉਣ ਵਾਲਾ ਸਮਾਂ ਦੇਖ ਲੈਂਦੇ ਹੈ, ਜਿਉਂ ਜਿਉਂ ਸਮਾਂ ਲੰਘਦਾ ਜਾਵੇਗਾ ਤਿਉਂ ਤਿਉਂ ਆਪਾਂ ਨੂੰ ਬਾਬਾ ਜਰਨੈਲ ਸਿੰਘ ਦੀ ਯਾਦ ਆਵੇਗੀ। ਜਿਹੜੇ ਭਾਜਪਾ ਨਾਲ ਅਕਾਲੀਆਂ ਦਾ ਗੱਠਜੋੜ ਸੀ, ਉਹਨਾਂ ਨੇ ਆਪ ਨਹੀਂ ਤੋੜਿਆ, ਤੁਸੀਂ ਤੜਵਾਇਆ, ਡੰਡੇ ਨਾਲ ਤੜਵਾਇਆ। 9 ਮਾਸ ਦਾ ਰਿਸ਼ਤਾ ਜਿਹੜਾ 9 ਖਿੱਚਿਆ, ਤੁਸੀਂ ਸੋਡੀ ਏਕਤਾ ਦੇ ਪਲਾਸ ਨਾਲ ਖਿੱਚਿਆ, ਏਕਤਾ ਦੇ ਪਲਾਸ ਨਾਲ ਇਹ ਅਸਤੀਫੇ ਦੇਣ ਵਾਸਤੇ ਤੁਸੀਂ ਮਜਬੂਰ ਕੀਤਾ। ਹਰ ਕੋਈ ਸਿਆਸੀ ਪਾਰਟੀ ਜਾਂ ਕਲਾਕਾਰ, ਇਹਨਾਂ ਨੂੰ ਅਸੀਂ ਕਹਿੰਦੇ ਵੀ ਆਪੋ ਆਪਣੀ ਡਫਲੀ ਕਿਉਂ ਵਜਾਉਂਦੇ ਫਿਰਦੇ ਹੋ, ਜੇ ਤੁਹਾਨੂੰ ਇੰਨਾ ਦਰਦ ਹੈ ਆਹ ਧਰਨੇ 'ਚ ਆ ਕੇ ਬੈਠੋ ਕਿਸਾਨਾਂ ਦੇ। ਅੱਡ ਧਰਨੇ ਕਿਉਂ ਲਾ ਰਹੇ ਹੋ? ਕਈ ਕਲਾਕਾਰ ਵੱਖਰੇ ਧਰਨੇ ਲਾਈ ਜਾਂਦੇ ਆ ਮਸ਼ਹੂਰੀ ਕੱਟਣ ਵਾਸਤੇ, ਕਈ ਸਤ ਸੰਗਤ ਲੀਡਰ ਵੱਖਰੀਆਂ ਰੈਲੀਆਂ ਕੱਢਦੇ ਫਿਰਦੇ ਹੈ। ਜੇ ਤੁਹਾਨੂੰ ਇੰਨਾ ਦਰਦ ਹੈ ਇੱਥੇ ਆ ਕੇ ਕਿਉਂ ਨਹੀਂ ਬਹਿੰਦੇ ਤੁਸੀਂ? ਸੋ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਡਕਾਉਂਦਾ ਨਗਰ ਉਹ ਹੈ ਜਿਸ ਨਗਰ ਹਰ ਸਾਲ ਅਸੀਂ ਦੀਵਾਨ ਲਾਉਂਦੇ ਹਾਂ। ਕਿਸਾਨ ਯੂਨੀਅਨ ਏਕਤਾ ਡਕਾਉਂਦਾ ਦਾ ਪ੍ਰਧਾਨ ਵੀ ਇਸ ਦੁਨੀਆਂ 'ਤੇ ਨਹੀਂ ਰਿਹਾ, ਭਾਵੇਂ ਡਕਾਉਂਦੇ ਤੋਂ ਪਤੀ ਪਤਨੀ ਇੱਕ ਦਿਨੇ ਚੜ੍ਹਾਈ ਕਰ ਗਿਆ, ਐਕਸੀਡੈਂਟ ਹੋ ਗਿਆ, ਸਾਡਾ ਬੜਾ ਪਿਆਰ ਸੀ, ਸੰਸਾਰ ਚਲੋ ਚਲੀ ਦਾ ਮੇਲਾ ਹੈ। ਪਰ ਇੱਕ ਬੇਨਤੀ ਹੈ ਦੇ ਵਿੱਚ ਬਲ ਹੈ, ਏਕਤਾ ਰੱਖੋ, ਕਿਸੇ ਸਰਕਾਰ ਦੀ ਜੁੱਤ ਨਹੀਂ ਕਿ ਝੁਕਾ ਦੇਵੇ। ਇੱਥੇ ਪੰਜਾਬੀਆਂ ਨੇ ਵੱਡੇ ਵੱਡਿਆਂ ਦੇ ਮੂੰਹ ਮੋੜੇ ਹੈ। ਸਾਧ ਸੰਗਤ ਜੀ, ਸਿਕੰਦਰ ਆਇਆ, ਦੁਨੀਆ ਦਾ ਜੇਤੂ ਜਰਨੈਲ ਬਣ ਕੇ ਆਇਆ, ਪਰ ਜਦੋਂ ਰਾਜੇ ਕੋਰਸ ਨਾਲ ਉਹਦੀ ਟੱਕਰ ਹੋਈ, ਉਹਨੂੰ ਮੂੰਹ ਵੀ ਖਾਣੀ ਪਈ। ਪੰਜਾਬ ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਬਾਅਦ 'ਚ ਕਬਜ਼ਾ ਕੀਤਾ, ਬਾਕੀ ਹਿੰਦੁਸਤਾਨ 'ਤੇ ਪਹਿਲਾਂ ਹੋ ਗਿਆ ਸੀ। ਡੋਗਰਿਆਂ ਦੀ ਗਦਾਰੀ ਮਹਾਰਾਜਾ ਰਣਜੀਤ ਸਿੰਘ ਨਾਲ, ਜਦੋਂ ਵੀ ਸਿੱਖ ਕੌਮ ਨਾਲ ਜਦੋਂ ਵੀ ਸਿਰ ਨੀਵਾਂ ਕੀਤਾ ਗਦਾਰਾਂ ਨੇ ਕੀਤਾ। 1984 ਦੇ ਵਿੱਚ ਜਿਹੜਾ ਅਟੈਕ ਹੋਇਆ, ਕਈ ਅਕਾਲੀ ਲੀਡਰਾਂ ਦਾ ਹੱਥ ਹੈ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਸੱਚ ਬੋਲਦੇ ਸੀ, ਉਹਨਾਂ ਨੂੰ ਰਾਹ ਦਾ ਰੋੜਾ ਜਾਪਣ ਲੱਗੇ। ਉਹਨਾਂ ਨੇ ਇੰਦਰਾ ਗਾਂਧੀ ਦੀ ਨਾਲ ਮਿਲੀ ਭੁਗਤ ਕਰਕੇ ਸੰਤਾਂ ਨੂੰ ਸ਼ਹੀਦ ਕਰਵਾਇਆ। ਕਈ ਅਕਾਲੀ ਲੀਡਰਾਂ ਦਾ ਹੱਥ ਹੈ। ਆਹ ਭਾਜਪਾ ਵਾਲੇ ਅੰਬਾਨੀ, ਭਾਜਪਾ ਦਾ ਇੱਕ ਪ੍ਰਧਾਨ ਮੰਤਰੀ ਹੋਇਆ, ਹੁਣ ਇਸ ਦੁਨੀਆਂ 'ਤੇ ਨਹੀਂ ਰਿਹਾ ਵਾਜਪਾਈ, ਇੱਕ ਅਡਵਾਨੀ,
अडवाणी ने एक किताब लिखी है अपनी, ये भाजपा सिखां दी दुश्मन जमात है। अडवाणी ने उस किताब दे विच लिखिया है कि इंदिरा गांधी चाहती नहीं सी पर असी कहा तू अटैक कर। संत जरनैल सिंह नूं राक्षस लिखिया है, इंदिरा गांधी नूं दुर्गा देवी लिखिया, माई कंट्री माई लाइफ अंग्रेजी दे विच किताब है अडवाणी दी लिखी हुई। अज अडवाणी कित्थे है? अडवाणी दी कोई जात नहीं पुछदा, ते साडी कौम दे शहीद भगत सिंह बाबा जरनैल सिंह खालसा नूं दुनिया याद करदी। जदों दुर्दा खून शहीदां दा तकदीर बदलदी कौमां दी, रंबियां नाल खोपर लैंदे जा तस्वीर बदलदी कौमां दी। आ जिहड़ी किसान यूनियन एकता है ना, इहने इनकलाब लैके आउणा है। किसान यूनियन तो बिना कोई रैलियां कढ़ी जावे, कोई कलाकार धरने लाई जावे, किसी सरकार ते कोई असर नहीं, क्योंकि सरकारां नूं पता है भी कलाकारां मगर ज्यादा शलारुआं दी भीड़ है मुंडियां दी, पता ही है तुहानूं। असीं उहनां कलाकारां नूं कहना चाहुंदे आ कि तुसीं किसानां दे विच आ के बैठो, वखरियां वखरियां डफलियां ना बजाओ। साध संगत जी, इत्थों तक के जिहड़े कलाकार आ गुरदास मान नूं बड़ा चंगा समझदे सी, एक गल दसो भी एक शब्द बोलिया उहने किसानां दे हक च? कहिंदे सी पंजाब दा माण है, इन्हां नचारां नूं एवें ना सिर ते बिठाया करो। पंजाब दा माण बाबा जरनैल सिंह खालसा ने, पंजाब दा माण शहीद भगत सिंह ने, पंजाब दा माण शहीद उधम सिंह ने, ये नचारां नूं क्यों पंजाब दा माण कहने हो तुसीं? साडा जोर लग्या पिया अमृत छकाईए बच्चियां नूं गुरु नाल जोड़िए, पर इन्हां नचारां दा जोर तोड़न ते लग्या पिया ते साडा जोर जोड़न ते। अज साडा यूथ बिगड़ रहा है, साडे यूथ नूं इह लोक बिगाड़ रहे है। इहो जिहे नचारां नूं कोई लोड़ नहीं पंजाब दा माण कहण दी, जिहड़े एक शब्द भी किसानां दे हक च नहीं बोलदे। आ हंसराज वर्गे साडे पंजाबी किसानां ने भुखे मरदिआं नूं रोटी दित्ती, एक आ दलेर महिंदी है उल्टा सरकार दे हक च बोल रहे है। इहो जिहे लोकां नूं पंजाब दे विच बणना दे, बाइकाट कर लैणा लोकां दा। साडियां धीआं भैणां ते गंदे गाने बना के लाउंदे है। साध संगत जी, समा ऐसा आया, तुहानूं पता है इन्हां कलाकारां दा बाप चमकीला जदों सिंघां ने गड्डी चाढ़िया सी, इन्हां दे खाड़े लगने बंद हो गए सी। इह कंजरां नूं दुबारे स्टेज ते कौन लै के आया? के पी एस गिल लै के आया। ये तो खुडियां च वड़ गए सी सारे, साडे पंजाब दे यूथ नूं बिगाड़िया इन्हां लोकां ने। किसानां दे हक च जिहड़ा खड़दा है असीं उहदा धन्नवाद करदे आं, भावें कोई लीडर है चाहे कोई कलाकार है। जिहड़ा किसान गरीबां दे हक च नहीं खड़दा उह साडा दुश्मन है। इह किसान यूनियन जिहड़ी है, हुण सरकार ने पंजाब दे मुख्यमंत्री ने किसानां दी यूनियन नूं बुलाया ते वादा करिया, कहिंदा मैं 8 दिनां च सैशन बुलाऊंगा, जे नहीं बुलाउंदा तां संघर्ष नूं होर तिखा करना। संजम च रह के कई वारी ऐसे भी आ जांदे ने भड़कावाजी वाले, भी जी अग ला दिओ जी टोल प्लाजिआं नूं, इहो जे भड़कावाजी वाले लोकां दे मगर नहीं लगना, क्योंकि सरकार बहाना भालदी है भी इहनां नूं किसे ना किसे तरह। आपां कोई ट्रैक्टरां नूं अग ला रहे ने राजनीतिक लोक, आपां सरकार नूं बहाना नहीं देना। धरनिआं ते बहि के जिन्ना हो सके अकाल पुरख वाहिगुरू का नाम भी जपना, गुरबाणी का वचन है नहीं तुल राम नाम विचार। संत बाबा जरनैल सिंह का भजन किन्ना सी, 22 घंटे भजन करते होंगे। ये बिना भगती तो सरकार नहीं झुकाइया जांदियां। शहीद भगत सिंह की बहुत वड्डी बंदगी सी, बिना भगती तो फांसी के रस्से नहीं चुमे जाते। शहीद उधम सिंह की बड़ी बंदगी सी, एक दस दो सानू कि बिना भगती तो किसी ने कुरबानी की होवे, एक बंदे का नाम दस दो। नहीं, भाई मनी सिंह, बाबा गरजा सिंह, बोता सिंह सरकारां नाल टक्करां लाउणियां कितने सौखियां ने। संत बाबा जरनैल सिंह कणक बढ़ते बढ़ते 52 पाठ जप जी दे करदे आ करदे, 32 साल हो गए साडा उह जथेबंदी नाल संबंध है। सतगुरु कृपा करन जिन्ना समा आपां गुरू दे लड़नी लगांगे अपने ऐं मार पवेगी। गुरु की बाणी जिहड़ी गुरबाणी है, यह सानू निडरता दिंदी है, निर्भयता दिंदी है। गुरबाणी त्याग बख्शदी है, गुरबाणी बराग बख्शदी है,
ਕੁਰਬਾਨੀ ਦਾ ਜਾਪ ਕਰਨਾ ਜ਼ਰੂਰੀ ਹੈ। ਹੁਣ ਕਈ ਕਹਿ ਦਿੰਦੇ ਹੈ ਅਸੀਂ ਅਨਪੜ੍ਹ, ਸਾਨੂੰ ਤਾਂ ਜੀ ਵਾਹਿਗੁਰੂ ਕਹਿਣਾ ਆਉਂਦਾ। ਜਿਹਨੇ ਵਾਹਿਗੁਰੂ ਕਹਿਣਾ ਸਿੱਖ ਲਿਆ ਪਿੱਛੇ ਕੀ ਰਹਿ ਗਿਆ? ਧਰਨਿਆਂ ਤੇ ਬਹਿ ਕੇ ਕਿਸਾਨਾਂ ਦੇ ਹੱਕ 'ਚ ਕਵਿਤਾਵਾਂ ਗਾਈਆਂ ਜਾਣ ਤੇ ਨਾਮ ਦਾ ਆਸਰਾ ਤੱਕਣਾ ਵੀ ਜ਼ਰੂਰੀ ਹੈ। ਗੁਰਬਾਣੀ ਦਾ ਵਚਨ ਹੈ, ਨਹੀਂ ਤੁਲ ਰਾਮ ਨਾਮ ਵਿਚਾਰ, ਪਰਮੇਸ਼ਰ ਦੀ ਭਗਤੀ ਤੋਂ ਵੱਡੀ ਕੋਈ ਵਿਚਾਰ ਨਹੀਂ। ਅੱਜ ਆਪਾਂ ਭਗਤੀ ਛੱਡ ਦਿੱਤੀ, ਕਿੰਨੇ ਕੁ ਹੈ ਜਿਹੜੇ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਨੇ, ਤਾਂਹੀਓ ਸਾਨੂੰ ਮਾਰਾਂ ਪੈ ਰਹੀਆਂ ਨੇ। ਪੁਰਾਤਨ ਸਿੰਘਾਂ ਨੇ, ਪੁਰਾਣੇ ਸਿੰਘਾਂ ਨੇ ਸਰਕਾਰਾਂ ਦੇ ਮੂੰਹ ਮੋੜਤੇ। ਕਿਉਂ? ਕਿਉਂਕਿ ਉਹਨਾਂ ਦੇ ਕੋਲੇ ਨਾਮ ਦੀ ਸ਼ਕਤੀ, ਸਾਡੇ ਕੋਲੇ ਨਾਮ ਨਹੀਂ ਰਿਹਾ, ਗੱਲਾਂ ਰਹਿ ਗਈਆਂ ਪੱਲੇ। ਗੱਲਾਂ ਸਾਰੀ ਸਾਰੀ ਰਾਤ ਮਾਰੀ ਜਾਵਾਂਗੇ, ਭੋਰਾ ਨੀਂਦ ਨਹੀਂ ਆਉਂਦੀ। ਜਦੋਂ ਬਾਣੀ ਪੜ੍ਹਨ ਬਹਿਣੇ ਆ, ਕਹਿੰਦੇ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਆ। ਸੋ ਨਾਮ ਦੀ ਸ਼ਕਤੀ ਜਿਹੜੀ ਆ ਜ਼ਰੂਰੀ ਹੈ। ਧਰਨਿਆਂ ਤੇ ਬਹਿ ਕੇ ਪਾਠ ਵੀ ਕਰਨਾ, ਸ਼ਾਂਤਮਈ ਰੱਖਣੀ ਹੈ, ਕਿਸੇ ਭੜਕਾਬਾਜ਼ੀ ਵਾਲੇ ਦੇ ਮਗਰ ਨਹੀਂ ਲੱਗਣਾ। ਕਈ ਵਾਰੀ ਕੋਈ ਕਲਾਕਾਰ ਆ ਜਾਂਦਾ ਜਿਹੜਾ ਆਉਂਦਾ ਜੀ ਆਇਆਂ ਨੂੰ, ਪਰ ਆ ਦੇਖਿਆ ਕਈ ਧਰਨਿਆਂ 'ਚ ਸਾਡੇ ਨੌਜਵਾਨ ਆਪਣਾ ਮਿਸ਼ਨ ਛੱਡ ਕੇ ਕਲਾਕਾਰਾਂ ਦੇ ਮਗਰ ਫੋਟੋਆਂ ਖਿਚਾਉਣ ਭੱਜ ਲੈਂਦੇ ਆ। ਇਹ ਜਥੇਬੰਦੀਆਂ ਦਾ ਜਾਪਤਾ ਨਹੀਂ ਹੈ, ਕਿਸਾਨ ਜਥੇਬੰਦੀਆਂ ਦਾ ਜਾਪਤਾ ਹੈ। ਬੈਠੇ ਸ਼ਾਂਤੀ ਨਾਲ, ਟਕਾ ਨਾਲ, ਜਿੰਨਾ ਵੀ ਟਾਈਮ ਮਿਲਦਾ। ਅੱਜ ਅਸੀਂ ਆਪਣੇ ਪਰਿਵਾਰ ਸਮੇਤ, ਸਾਡਾ ਇੱਕੋ ਇੱਕ ਬੇਟਾ ਹੈ ਛੋਟਾ ਜਿਹਾ, ਇਹ ਵੀ ਦਮਦਮੀ ਟਕਸਾਲ ਦਾ ਵਿਦਿਆਰਥੀ ਹੈ, ਆਪਣੇ ਪਰਿਵਾਰ ਸਮੇਤ, ਜਥੇ ਸਮੇਤ ਤੁਹਾਡੇ ਜੋੜੇ ਝਾੜਨ ਵਾਸਤੇ ਇੱਥੇ ਆਏ ਹਾਂ। ਇਹ ਬੱਚੇ ਨੇ ਵੀ 2 ਮਿੰਟ ਬੋਲਣਾ ਹੈ। ਸਤਿਗੁਰੂ ਦੀ ਕਿਰਪਾ ਹੈ, ਛੋਟੀ ਉਮਰ ਦੇ ਵਿੱਚ ਹੀ ਵਧੀਆ ਬੁਲਾਰਾ ਬਣ ਗਿਆ, ਟਕਸਾਲ ਦੀ ਕਿਰਪਾ। ਇੱਕੋ ਇੱਕ ਬੇਨਤੀ ਹੈ, ਏਕਾ ਰੱਖਿਓ। ਜਿਹੜੇ ਕੱਲ੍ਹ ਗਏ ਨੇ ਉਹਨਾਂ ਨੂੰ ਅਸੀਂ ਕਿਸਾਨ ਨਹੀਂ ਮੰਨਦੇ, ਉਹ ਲੀਡਰਾਂ ਦੇ ਚਮਚੇ ਸੀ। ਸਰ ਸੰਗਤ ਕਿਸਾਨ ਤਾਂ ਬੈਠੇ ਹੈ, ਜਿਹੜੇ ਕਿਸਾਨ ਹੈ ਉਹ ਤਾਂ ਇੱਥੇ ਬੈਠੇ ਹੈ। ਡਾਂਗਾ ਫਾਲਤੂ ਦੀਆਂ ਲੀਡਰ ਰਾਤ ਦੇਖਿਆ ਬੱਸਾਂ 'ਚ ਬਹਿ ਕੇ ਤੁਰ ਗਏ ਅਤੇ ਡਾਂਗਾ ਖਾਣ ਨੂੰ ਸਰ ਸੰਗਤੋਂ ਕਿਸਾਨ ਮੂਹਰੇ ਹੋ ਗਏ। ਇਹ ਪਤਾ ਨਹੀਂ ਕਦੋਂ ਅਕਲ ਆਊਗੀ ਸਾਧ ਸੰਗਤ ਜੀ, ਕਦੋਂ ਸਾਨੂੰ ਇਹ ਗਿਆਨ ਹੋਵੇਗਾ। ਜਿਹੜਾ ਵੀ ਪਹਿਲਾਂ ਕਹਿੰਦੇ ਆ, ਕਈ ਦੇਖਿਆ ਝਾੜੂ ਵਾਲਿਆਂ ਦੇ ਵਿੱਚੋਂ, ਕਹਿੰਦੇ ਜੀ ਸਾਨੂੰ MLA ਬਣਾ ਦਿਓ, ਅਸੀਂ ਪੰਜਾਬ ਸਵਾਰਾਂਗੇ। ਜਦੋਂ MLA ਬਣ ਗਏ, ਲੋਕਾਂ ਆਪੋ ਆਪਣੀ ਪਈ, ਬਸ ਆਪਣਾ ਪੇਟ ਭਰਨ ਤੱਕ ਮਤਲਬ ਹੋ ਜਾਂਦਾ, ਕਿਸੇ ਨੂੰ ਕਿਸੇ ਦਾ ਕੋਈ ਦਰਦ ਨਹੀਂ। ਗਰੀਬ ਦੀ ਇਸ ਦੇਸ਼ ਵਿੱਚ ਕੋਈ ਸੁਣਵਾਈ ਨਹੀਂ ਸਰ ਸੰਗਤ ਜੀ, ਗਰੀਬ ਤਾਂ ਰੱਬ ਆਸਰੇ ਆ। ਆ ਹਸਪਤਾਲਾਂ 'ਚ ਕੀ ਹੋ ਰਿਹਾ ਤੁਸੀਂ ਦੇਖਿਆ, ਕਿੰਨੇ ਕੋਰੋਨਾ ਦਾ ਨਾਂ ਲੈ ਕੇ ਮਾਰਤੇ। ਆ ਕੱਲ੍ਹ ਅਸੀਂ ਗਏ, ਕੋਈ ਟੈਸਟ ਕਰਾਉਣਾ ਸੀ, ਕਹਿੰਦੇ ਜੀ ਪਹਿਲਾਂ ਕੋਰੋਨਾ ਦਾ ਕਰਾਉਣਾ ਪਊ। ਧੱਕੇ ਨਾਲ ਉੱਥੇ ਜੁੱਤੀਆਂ ਲਾਈਆਂ 15 ਡਾਕਟਰਾਂ ਦੇ, ਗੇਟ ਬੰਦ ਕਰਕੇ ਅੰਦਰ ਬਚੇ ਹੈ। SMO ਕਹਿੰਦੀ ਮੇਰੇ ਕਰਕੇ ਛੱਡ ਦਿਓ ਜੀ ਇਹਨਾਂ ਨੂੰ, ਟੈਸਟ ਲਿਖਿਆ ਹੋਰ ਅਤੇ ਧੱਕੇ ਨਾਲ ਕੋਰੋਨਾ ਦਾ ਟੈਸਟ ਕਰ ਰਹੇ ਹੈ। ਕਿੰਨੇ ਨੌਜਵਾਨ 3-4 ਤਾਂ ਨਾਭੇ ਮਾਰਦੇ ਹਸਪਤਾਲ ਦੇ ਵਿੱਚ, ਇਹਨਾਂ ਨੇ 27-27 ਸਾਲ ਦੇ। ਇਹ ਸਾਰਾ ਕਰਪਟ ਸਿਸਟਮ ਹੈ। ਇੱਕ ਬੇਨਤੀ ਕਰਾਂਗੇ ਕਿਸਾਨਾਂ ਨੂੰ, ਤੁਹਾਨੂੰ ਕਿਸੇ ਮਗਰ ਲੱਗਣ ਦੀ ਲੋੜ ਨਹੀਂ। ਤੁਹਾਡੇ ਵਿੱਚੋਂ ਕਿਉਂ ਨਹੀਂ ਤੁਸੀਂ ਆਪ ਲੀਡਰ ਬਣਦੇ? ਕੀ ਤੁਹਾਨੂੰ MLA ਨਹੀਂ ਬਣਨਾ ਆਉਂਦਾ? ਆਪ ਲੀਡਰ ਬਣਾਓ, ਆਪਣੀਆਂ ਕਿਸਾਨ ਜਥੇਬੰਦੀਆਂ ਦੇ ਐਵੇਂ ਕਿਸੇ ਮਗਰ ਨਾ ਲੱਗੋ, ਇੱਥੇ ਕੋਈ ਨਹੀਂ ਕਿਸੇ ਦਾ। ਜਦੋਂ ਇਹ ਗਰੀਬ ਕਿਸਾਨ MLA ਬਣਨਗੇ, ਰਾਜਨੀਤੀ 'ਚ ਆਉਣਗੇ, ਇਹਨਾਂ ਨੂੰ ਪਤਾ ਹੋਊ ਵੀ ਕਿਸਾਨਾਂ ਦਾ ਦੁੱਖ ਕੀ ਹੈ। 100 ਰੁਪਈਆ ਵੀ ਮਸਾਂ ਬਣਦਾ ਮਿੱਟੀ ਨਾਲ ਮਿੱਟੀ ਹੋ ਕੇ ਕਿਸਾਨਾਂ ਨੂੰ। ਆਓ ਏਕਾ ਰੱਖੋ, ਸਤਿਗੁਰੂ ਕਿਰਪਾ ਕਰੇ, ਇਹ ਕਿਸਾਨ ਯੂਨੀਅਨ ਜਥੇਬੰਦੀਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਜਦੋਂ ਵੀ ਸਰਕਾਰ ਝੁਕੇਗੀ, ਤੁਹਾਡੇ ਏਕੇ ਨਾਲ ਝੁਕੇਗੀ। ਕਿਸਾਨ ਜਥੇਬੰਦੀਆਂ ਤੋਂ ਬਿਨਾਂ ਕੋਈ ਕਲਾਕਾਰ ਅੱਡ ਡਫਲੀ ਵਜਾਉਂਦਾ ਫਿਰੇ, ਕੋਈ ਲੀਡਰ ਫਿਰੇ, ਕੋਈ ਮੋਦੀ 'ਤੇ ਫਰਕ ਨਹੀਂ ਪੈਣਾ। ਜਦੋਂ ਫਰਕ ਪਊਗਾ, ਜੇ ਮੋਦੀ ਝੁਕੇਗਾ, ਆਹ ਕਿਸਾਨ ਜਥੇਬੰਦੀਆਂ ਦੇ ਏਕੇ ਨਾਲ ਝੁਕੇਗਾ। ਯਾਦ ਰੱਖਿਓ, ਸਤਿਗੁਰੂ ਕਿਰਪਾ ਕਰਨ, ਆਹ ਟੋਲ ਪਲਾਜੇ, ਗਰੀਬ ਬੰਦਾ ਜੇ ਕੋਈ ਬਿਮਾਰ ਹੋ ਜਾਵੇ, ਚੰਡੀਗੜ੍ਹ ਤੱਕ ਉਹਦੀ ਜੇਬ ਖਾਲੀ ਕਰ ਦਿੰਦੇ ਨੇ ਟੋਲ ਪਲਾਜੇ। ਏਕਾ ਕਰੋ, ਮੁਕੰਮਲ ਤੌਰ 'ਤੇ ਟੋਲ ਪਲਾਜਿਆਂ ਦਾ ਫਾਹਾ ਵੱਢੀਏ ਪੰਜਾਬ ਦੇ ਵਿੱਚੋਂ। ਇੱਕ ਸਰਕਾਰਾਂ 'ਚੋਂ ਨਹੀਂ ਸੜਕਾਂ ਬਣਾ ਸਕਦੀਆਂ ਆਪ, ਪ੍ਰਾਈਵੇਟ ਬੰਦਿਆਂ ਨੂੰ, ਬਾਹਰਲਿਆਂ ਨੂੰ, ਬੰਬੇ ਦੀਆਂ ਕੰਪਨੀਆਂ ਨੂੰ ਠੇਕਾ ਦੇ ਛੱਡਿਆ। ਇਸੇ ਤਰ੍ਹਾਂ ਏਕਾ ਰੱਖੋ, ਗਰੀਬ ਬੰਦੇ ਦੀ ਜੇਬ ਖਾਲੀ ਕਰ ਦਿੰਦੇ ਆ ਟੋਲ ਪਲਾਜੇ। ਇਸੇ ਤਰ੍ਹਾਂ ਏਕਾ ਰੱਖੋ, ਇਹਨਾਂ ਦਾ ਫਾਹਾ ਵੱਢੀਏ ਪੂਰੇ ਪੰਜਾਬ ਦੇ ਵਿੱਚੋਂ। ਸਤਿਗੁਰੂ ਕਿਰਪਾ ਕਰਨ, ਜਦੋਂ ਫਿਰ ਸਮਾਂ ਮਿਲਿਆ ਕੱਲ੍ਹ ਨੂੰ ਪਰਸੋਂ ਨੂੰ, ਬਹੁਤ ਤੁਹਾਡੇ 'ਚ ਆ ਕੇ ਮਨ ਲੱਗਿਆ ਇਹ ਦਿਲੋਂ ਕਹਿਣੇ ਆ। ਕਿਉਂ? ਕਿਉਂਕਿ ਤੁਸੀਂ
दसा नहां दी किरत करन वाले भगत हो। किसान तो वड्डा कोई भगत नहीं, संत बाबा आतर सिंह मस्तुआने वाले बचन कहा करते, एदू वड्डा कोई भगत नहीं किसान तो वड्डा। सतगुरु कृपा करन, होइयां भुल्लां दी करो खिमा। वाहेगुरु जी का खालसा, वाहेगुरु जी की फतेह। नारा ला दी एक अपना, मोदी सरकार मुर्दाबाद, मुर्दाबाद, मुर्दाबाद। किसाना मजदूरा ना एका जिंदाबाद, जिंदाबाद, जिंदाबाद। मेरे किसान मजदूर दोस्तों, आपां धरने ते कल ते बैठे आ क्योंकि एक तां साडे नौजवान आ।